ਜੰਮਦਿਆਂ ਸਾਰੀ ਬੱਚਿਆਂ ਨੂੰ ਆਪਾਂ ਦਵਾਈਆਂ ਦੇਣੀਆਂ ਟੀਕੇ ਲਾਉਣੇ ਸ਼ੁਰੂ ਕਰਦਨੇ ਆ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਤੇ ਬੜੀਆਂ ਥਿਉਰੀਆਂ ਨੇ ਇਹਦੇ ਆਰਾਊਂਡ ਕੁਝ ਲੋਕੀ ਡਿਬੇਟ ਵੀ ਕਰਦੇ ਨੇ ਕਿ ਇੰਨੀਆਂ ਜ਼ਿਆਦੀਆਂ ਦਵਾਈਆਂ ਦੇਣੀਆਂ ਸਹੀ ਨਹੀਂ ਬੱਚਿਆਂ ਨੂੰ ਜੰਮਦਿਆਂ ਸਾਰੀ ਤੇ ਮੇਰਾ ਇੱਕ ਕੁਲੀਗ ਵੀ ਹੈ ਜਿੰਨੇ ਆਪਣੇ ਬੱਚਿਆਂ ਨੂੰ ਟੀਕੇ ਨਹੀਂ ਲਵਾਏ ਚੰਮਨ ਤੇ ਤੇ ਉਹ ਮੰਨਦਾ ਹੈ ਤੇ ਕਨਸਪੀਰੇਸੀ ਥਿਉਰੀਆਂ ਵੀ ਨੇ ਇਹਦੇ ਆਰਾਊਂਡ ਕਿ ਇੱਕ ਗਵਰਨਮੈਂਟ ਦੀ ਚਾਲ ਏ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਸ਼ੁਰੂ ਤੋਂ ਹੀ ਆਪਾਂ ਨੂੰ ਟੀਕੇ ਲਾ ਦਿੱਤੇ ਜਾਂਦੇ ਨੇ ਤੇ ਕੁਝ ਲੋਕ ਕੀ ਕਹਿੰਦੇ ਨੇ ਪੇਸਟ ਜੋ ਆਪਾਂ ਰੋਜ਼ ਯੂਜ਼ ਕਰਦੇ ਆ ਕੋਲਗੇਟ ਉਹਦੇ ਚ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਦਵਾਈ ਏ ਜੋ ਆਪਾਂ ਨੂੰ ਕੰਟਰੋਲ ਚ ਰੱਖਦਾ ਚਲੋ ਇਸ ਲਈ ਥਿਉਰੀਆ ਨੇ ਬਟ ਮੈਂ ਮੰਨਦਾ ਕਿ ਬੜਾ ਫਾਇਦੇਮੰਦ ਦੇ ਦਵਾਈਆਂ ਦਾ ਯੂਜ਼ ਕਰਨਾ ਕਿਉਂਕਿ ਬਹੁਤ ਜ਼ਿਆਦੀਆਂ ਬਿਮਾਰੀਆਂ ਆਪਾਂ ਖਤਮ ਕਰ ਚੁੱਕੇ ਆ ਪਹਿਲੀ ਐਗਜ਼ਾਮਪਲ ਜਿਵੇਂ ਦਵਾ ਪੋਲੀਓ ਦੋ ਹੁੰਦਾ ਆਪਾਂ ਬਚਪਨ ਚ ਲੈਂਦੇ ਰਹੇ ਆ ਇੰਡੀਆ ਚ ਪੋਲੀਓ ਇਦਾਂ ਦੀ ਬਿਮਾਰੀ ਸੀ ਕਿ ਤੁਹਾਡੇ ਕਿਸੇ ਵੀ ਅੰਗ ਨੂੰ ਉਹ ਖਤਮ ਕਰ ਸਕਦੀ ਸੀ ਪੈਰਾਲਾਈਜ਼ ਤੁਹਾਨੂੰ ਕਰ ਸਕਦੀ ਸੀ ਚਲੋ ਉਹ ਖਤਮ ਹੋਈ ਫਿਕ ਸਮਾਲ ਪੋਕਸ ਨਾਮ ਦੀ ਬਿਮਾਰੀ ਜੋ 1980 ਦੇ ਵਿੱਚ ਆਪਾਂ ਖਤਮ ਕੀਤੀ ਇਹ ਵੀ ਇੱਕ ਦਵਾਈਆਂ ਦਾ ਨਤੀਜਾ ਡੈਥ ਦਾ ਜੋ ਰਿਸਕ ਸੀ অলਮੋਸਟ 30% ਸੀ ਤੇ ਜੇ ਤੁਹਾਡਾ ਇਲਾਜ ਹੋ ਵੀ ਜਾਂਦਾ ਸੀ ਆ ਸਮਾਲ ਬਾਕਸ ਦੇ ਵਿੱਚ ਤੇ ਤੁਹਾਡੇ ਸ਼ਰੀਰ ਤੇ ਬੜੀਆਂ بڑے ਪੱਦੇ ਦਾਗ ਉਹ ਛੱਡ ਜਾਂਦਾ ਸੀ ਫਿਰ ਅਗਲੀ ਐਗਜ਼ਾਮਪਲ ਦਵਾ ਰਿੰਡਰ ਪੈਸਟ ਕੈਟਲ ਪਲੇਗ ਪਸ਼ੂ ਮਹਾਮਾਰੀ ਇਹਦਾ ਡੈਥ ਰਿਸਕ ਆਲਮੋਸਟ 100% ਸੀ ਭਾਵੇਂ ਇਹ ਹਿਊਮਨਸ ਦੇ ਵਿੱਚ ਬਿਮਾਰੀ ਨਹੀਂ ਸੀ ਬਟ ਮੱਝਾਂ ਗਾਵਾਂ ਜਿੰਨਾਂ ਤੇ ਆਪਾਂ ਬੜਾ ਡਿਪੈਂਡ ਕਰਦੇ ਆਂ ਉਹਨਾਂ ਦਾ ਡੈਥ ਰਿਸਕ 100% ਸੀ ਤੇ ਉਸ ਟਾਈਮ ਇਹ ਬਿਮਾਰੀ ਨਵੀਂ ਬੜਾ ਬੜੀ ਤਰਾਸ ਦੀ ਮਚਾਈ ਜਦੋਂ ਇਹਦਾ ਜਦੋਂ ਇਹ ਫੈਲੀ ਤੇ 2011 ਵਿੱਚ ਦਵਾਈਆਂ ਕਾਰਨ ਉਹਨੂੰ ਹੀ ਆਪਾਂ ਖਤਮ ਕੀਤਾ ਚਲੋ ਦਵਾਈਆਂ ਦੇ ਨਾਲ-ਨਾਲ ਹੋਰ ਵੀ ਬੜੇ ਫੈਕਟਰ ਨੇ ਜਿਨ੍ਹਾਂ ਨਾਲ ਆਪਣੀ ਲਾਈਫ ਬੜੀ ਇੰਪਰੂਵ ਹੋਈ ਜੇ ਮੈਂ 1900 ਤੋਂ ਲੈ ਕੇ ਗੱਲ ਕਰਾਂ ਆਪਣੀ ਐਵਰੇਜ ਲਾਈਫ 1900 ਦੇ ਵਿੱਚ 31 ਵਰੇ ਸੀ 1950 ਦੇ ਵਿੱਚ ਇਹ 48 ਬਰੇ ਹੋਈ ਤੇ ਅੱਜ ਜੋ ਆਪਣੀ ਲਾਈਫ ਦੀ ਮਨਿਆ ਦੇ ਐਵਰੇਜ ਲਾਈਫ ਉਹ 72 ਸਾਲ ਹੋਈ ਤੇ ਮੈਂ ਮੰਨਦਾ ਕਿ ਦਵਾਈਆਂ ਦਾ ਬੜਾ ਸੰਯੋਗ ਰਿਹਾ ਆਪਣੀ ਲਾਈਫ ਨੂੰ ਇੰਪਰੂਵ ਕਰਨ ਵਾਸਤੇ ਤੇ ਵਾਂਸ ਇਨ ਅ ਵਾਈਲ ਇਦਾਂ ਦੀ ਬਿਮਾਰੀ ਆਉਂਦੀ ਹੈ ਜੋ ਆਪਾਂ ਨੂੰ ਬੜਾ ਜ਼ਿਆਦਾ ਇਫੈਕਟ ਕਰਦੀ ਹੈ ਤੇ 2020 ਰਿਹਾ ਕੋਰੋਨਾ ਵਾਇਰਸ ਦਾ ਕੋਵਿਡ 19 ਦਾ ਇੱਕ ਸਾਲ ਬਾਅਦ ਵੀ ਬਿਮਾਰੀ ਫੈਲੀ ਹੋਈ ਹੈ ਭਾਵੇਂ ਕਿੰਨੇ ਜ਼ਿਆਦਾ ਐਡਵਾਂਸ ਆਪੇ ਟੈਕਨੋਲੋਜੀ ਚ ਹਜੇ ਵੀ ਇਹਨੂੰ ਆਪਾਂ ਟੈਕਲ ਨਹੀਂ ਕਰ पाए ਹੁਣ ਕੋਵਿਡ-19 ਦੀ ਵੈਕਸੀਨ ਵੀ ਬਾਹਰ ਆ ਚੁੱਕੀ ਹੈ ਤੇ ਉੱਤੇ ਆਲ ਜੇ ਆਪਾਂ ਗੱਲ ਕਰਾਂਗੇ ਕਿ ਇਹਦੇ ਕੀ ਤੱਥ ਨੇ ਇਹਨੂੰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਕੱਕਬਲੀ ਪੋਡਕਾਸਟ ਇੱਕ ਵਾਰ ਫਿਰ ਤੁਮ ਸਾਰਿਆਂ ਦਾ ਸਵਾਗਤ ਕਰਨਾ 2020 ਕੋਵਿਡ-19 ਦਾ Year 2019 ਦੇ ਐਂਡ ਵਿੱਚ ਦਸੰਬਰ ਦੇ ਵਿੱਚ ਖਬਰ ਆਉਣੀ ਸ਼ੁਰੂ ਹੋ ਗਈ ਸੀ ਮੈਂ ਇੰਡੀਆ 'ਚ ਸੀ ਉਸ ਟਾਈਮ ਕਿ ਚਾਈਨਾ ਵਿੱਚ ਕੋਈ ਵਾਇਰਸ ਫੈਲ ਚੁੱਕਾ ਹੈ ਤੇ ਆਪਣਾ ਸਿਸਟਮ ਤੇ ਮੈਂ ਮੰਨਦਾ ਵਾਂ ਕਿ ਬੜਾ ਭਰੋਸਾ ਰਹਿੰਦਾ ਹੈ ਕੋਈ ਵੀ ਇਦਾਂ ਦੀ ਗੱਲ ਹੋਵੇ ਆਪਾਂ ਬੜੇ ਰਿਲੈਕਸ ਰਹਿੰਦੇ ਆ ਕੋਈ ਨਹੀਂ ਗਵਰਨਮੈਂਟ ਕੰਟਰੋਲ ਕਰ ਲਏਗੀ ਬਟ ਇੱਕ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਇਹ ਵਾਇਰਸ ਬੜਾ ਫੈਲ ਚੁੱਕਾ ਸੀ ਜਨਵਰੀ ਦੇ ਵਿੱਚ ਮੈਂ ਆਈ ਥਿੰਕ ਨਿਊਜ਼ੀਲੈਂਡ ਵਾਪਸ ਆਇਆ ਤੇ ਫਰਵਰੀ ਮਾਰਚ ਵਿੱਚ ਲਾਕਡਾਊਨ ਹੋਣੇ ਸ਼ੁਰੂ ਹੋ ਚੁੱਕੇ ਸੀ origin ਆਪਾਂ ਨੂੰ ਜਰੂਰ ਪਤਾ ਹੈ ਕਿ ਵੁਹਾਨ ਦਾ ਇੱਕ ਜੋ ਸ਼ਹਿਰ ਹੈ ਚਾਈਨਾ ਦੇ ਵਿੱਚ ਉੱਥੋਂ ਇਹ ਨਿਕਲਿਆ ਫੂਡ ਮਾਰਕੀਟ ਦੇ ਵਿੱਚੋਂ ਬਟ ਇਹਦੇ ਅਰਾਊਂਡ ਬੜੀਆਂ ਥਿਉਰੀਆਂ ਨੇ ਕਿ ਇਹ ਕਿੱਦਾਂ ਨਿਕਲਿਆ ਕੁਝ ਲੋਕ ਕਹਿੰਦੇ ਨੇ ਜਾਂ ਪਹਿਲੀ ਸਭ ਤੋਂ ਜ਼ਿਆਦਾ ਥਿਉਰੀ ਸੀ ਕਿ ਚਾਈਨਾ ਦੇ ਲੋਕ ਬੜੇ ਇਦਾਂ ਉਦਾਂ ਦੇ ਜਾਨਵਰ ਖਾਂਦੇ ਨੇ ਉਹ ਕਿਸੇ ਨੇ ਬੈਟ ਖਾਦਾ ਜਾਂ ਚਮਗਿੱਦੜ ਖਾਦਾ ਉਹ ਤੋਂ ਬਿਮਾਰੀ ਫੈਲੀ ਤੇ ਇੱਥੇ ਰੇਸਿਜ਼ਮ ਦੇ ਕੇਸ ਬੜੇ ਵੱਧ ਗਏ ਸੀ ਇੱਥੇ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਲੋਕੀ ਆ ਚਾਈਨੀਜ਼ ਲੋਕਾਂ ਨੂੰ ਬੜੇ ਬੁਰੇ ਤਰੀਕੇ ਨਾਲ ਦੇਖਣ ਲੱਪੇ ਕਿ ਕਿਸੇ ਵੀ ਤਰ੍ਹਾਂ ਦੇ ਐਨੀਮਲ ਖਾਂਦੇ ਨੇ ਬਟ ਮੈਂ ਉੱਥੇ ਕਲੀਅਰ ਗੱਲ ਕਰਾਂ ਕਿ ਗਵਰਨਮੈਂਟ ਇੰਨੀ ਮਾੜੀ ਹੋਣ ਕਾਰਨ ਚਾਈਨਾ ਦੇ ਵਿੱਚ ਉਥੇ ਜੋ ਨਾਰਮਲ ਚਿਕਨ ਕਹ ਲਈਏ ਜਾਂ ਬੀਫ ਕਹ ਲਈਏ ਪੋ ਕਹ ਲਈਏ ਲੋਕੀ ਬੜੇ ਗਰੀਬ ਨੇ ਤੇ ਇਹ ਮੀਟ ਬੜੇ ਉਥੇ ਮਹਿੰਗੇ ਨੇ ਉਹ ਦੂਜੇ ਜਾਨਵਰ ਆਪਣੇ ਜ਼ਾਇਕੇ ਕਰਕੇ ਨਹੀਂ ਖਾਂਦੇ ਉਹ ਸਿਰਫ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਹੱਥ ਖੁੱਸ ਵੀ ਆਏ ਤੇ ਉਹ ਖਾਂਦੇ ਨੇ ਕਿਉਂਕਿ ਦੂਜੇ ਮੀਟ ਬੜੇ ਸਸਤੇ ਨੇ ਐਸ ਕੰਪੇਅਰ ਟੂ ਚਿਕਨ ਜਾਂ ਬੀਫ ਚਲੋ ਟਾਪਿਕ ਤੋਂ ਮੈਂ ਨਾ ਪਟਕਾਂ ਵਾਪਸ ਆਈਏ ਆਪਣੀ ਥਿਊਰੀ ਤੇ ਕਿ ਕੁਝ ਲੋਕ ਕਹਿੰਦੇ ਸੀ ਕਿ ਕਿਸੇ ਨੇ ਬਾਟ ਖਾਦਾ ਜਾਂ ਚਮਗਿੱਦਰ ਖਾਦਾ ਉਤੋਂ ਨਿਕਲਿਆ ਤੇ ਕੋਚ ਕਹਿੰਦੇ ਰਹੇ ਕਿ ਵੁਹਾਨ ਦੇ ਵਿੱਚ ਜੋ ਮਾਰਕੀਟ ਸੀ ਫੂਡ ਮਾਰਕੀਟ ਸੀ ਉਹਦੇ ਨਾਲ ਹੀ ਇੱਕ ਲੈਬ ਹੈ ਲੈਬ ਦੇ ਵਿੱਚੋਂ ਇਹ ਵਾਇਰਸ ਨੇ ਐਸਕੇਪ ਕੀਤਾ ਉੱਥੇ ਸਿਕਿਉਰਿਟੀ ਜਾਂ ਉੱਥੇ ਪਾਬੰਦੀਆਂ ਇੰਨੀਆਂ ਜ਼ਿਆਦੀਆਂ ਨਹੀਂ ਸੀ ਉੱਥੋਂ ਲੀਕ ਹੋਇਆ ਤੇ ਕੁਝ ਲੋਕ ਮੰਨਦੇ ਨੇ ਕਿ ਚਾਈਨਾ ਨੇ ਇੰਟੈਂਸ਼ਨਲੀ ਜਾਣ ਬੁੱਝ ਕੇ ਵਾਇਰਸ ਨੂੰ ਬਾਹਰ ਛੱਡਿਆ ਤਾਂ ਕਿ ਦੁਨੀਆ ਤੇ ਕੰਟਰੋਲ ਹੋ ਸਕੇ ਇਹ ਸਾਰੀਆਂ ਥਿਉਰੀਆਂ ਨੇ ਹਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਾਂ ਨੂੰ ਨਹੀਂ ਪਤਾ ਕਿ ਇਹ ਵਾਇਰਸ ਕਿੱਦਾਂ ਨਿਕਲਿਆ ਤੇ ਕੁਝ ਲੋਕੀ ਇਹ ਵੀ ਮੰਨਦੇ ਨੇ ਕਿ ਇਹ ਵਾਇਰਸ ਰੀਅਲ ਨਹੀਂ ਖਾਸ ਕਰਕੇ ਇੰਡੀਆ ਦੇ ਵਿੱਚ ਜਦੋਂ ਮੈਂ ਕਿਸੇ ਨਾ ਪਿੰਡ ਗੱਲ ਕਰਦਾ ਸੀ ਤੇ ਉਹਨਾਂ ਨੇ ਹਮੇਸ਼ਾ ਮੈਨੂੰ ਇਹੀ ਕਹਿਣਾ ਕਿ ਇਹ ਗਵਰਨਮੈਂਟ ਦੀ ਚਾਲ ਹੈ ਲੋਕਾਂ ਨੂੰ ਘਰੇ ਰੱਖਣ ਵਾਸਤੇ ਇਹ ਵਾਇਰਸ ਰੀਅਲ ਨਹੀਂ ਤੇ ਉਹਨਾਂ ਦੀ ਥਿਉਰੀ ਇਹ ਸੀ ਕਿ ਜਦੋਂ ਫਾਰਮਿੰਗ ਪ੍ਰੋਟੈਸਟ ਸ਼ੁਰੂ ਹੋਏ ਕਿ ਇੰਨੀ ਜ਼ਿਆਦਾ ਭੀੜ ਹੋ ਗਈ ਕਿਸੇ ਨੇ ਮਾਸਕ ਨਹੀਂ ਪਾਇਆ ਜਾਂ ਬੜੇ ਜانے ਲੋਕੀ ਬੜੇ ਕੋਲ-ਕੋਲ ਸਨ ਇੱਕ ਹੀ ਹਵਾ ਦੇ ਵਿੱਚ ਸਾਹ ਲੈਂਦੇ ਸਨ ਕਿ ਉਹਨਾਂ ਨੂੰ ਹੁਣ ਕੋਰੋਨਾ ਵਾਇਰਸ ਕਿਉਂ ਨਹੀਂ ਹੋ ਰਿਹਾ ਪਹਿਲੀ ਗੱਲ ਤੇ ਮੈਂ ਕਲੀਅਰ ਕਰਦਾ ਕਿ ਵਾਇਰਸ ਸੱਚੀ ਹੈ ਇਹ ਗਵਰਨਮੈਂਟ ਦੀ ਕੋਈ ਚਾਲ ਨਹੀਂ ਵਾਇਰਸ ਬੜਾ ਵੀਅਰਡ ਵਾਇਰਸ ਹੈ ਹਰੇਕ ਬੰਦੇ ਨੂੰ ਅਲੱਗ ਤਰ੍ਹਾਂ ਅਟੈਕ ਕਰਦਾ ਤੇ ਖਾਸ ਕਰ ਉਹ ਲੋਕਾਂ ਨੂੰ ਅਟੈਕ ਕਰਦਾ ਜਿਨ੍ਹਾਂ ਦਾ ਇਮਿਊਨ ਸਿਸਟਮ ਜ਼ਿਆਦਾ ਸਟਰੋਂਗ ਨਹੀਂ ਇਹ ਵਾਇਰਸ ਦਾ ਕੋਈ ਪੈਟਰਨ ਨਹੀਂ ਹੈ ਕੋਈ ਸਿਮਿਲਰ ਚੀਜ਼ ਨਹੀਂ ਹੈ ਜਦੋਂ ਇੱਕ ਬੰਦੇ ਨੂੰ ਫੜਦਾ ਹੈ ਜਾਂ ਦੂਜੇ ਬੰਦੇ ਨੂੰ ਫੜਦਾ ਹੈ ਦੋਵੇਂ ਅਲੱਗ-ਅਲੱਗ ਤਰ੍ਹਾਂ ਦੇ ਸਿੰਪਟਮ ਸ਼ੋਅ ਕਰਦੇ ਨੇ ਕੁਝ ਲੋਕਾਂ ਨੂੰ ਹੁੰਦਾ ਉਹ ਸਿਰਫ ਖੰਘਦੇ ਨੇ ਤੇ ਅਗਲੇ ਦਿਨ ਉਹ ਨੌਬਰ ਨੌ ਹੁੰਦੇ ਨੇ ਕੁਝ ਲੋਕ ਥੋੜੇ ਦਿਨ ਸਿੱਕ ਰਹਿੰਦੇ ਨੇ ਤੇ ਕੁਝ ਲੋਕਾਂ ਨੂੰ ਇਹ ਮਾਰ ਵੀ ਚੁੱਕਿਆ ਜਿਵੇਂ ਆਪਣੇ ਇੱਕ ਰੂਮ ਮੇਟ ਦੀ ਗੱਲ ਕਰਾਂ ਉਹਨਾਂ ਦੇ ਫਾਦਰ ਸਾਹਿਬ कोरोना वायरस ਕਰਕੇ ਹੀ गुजर गए लास्ट ईयर ਤੇ ਮੈਨੂੰ ਪਤਾ ਕਿਉਂਕਿ ਘਰ ਵਿੱਚ ਇਹ ਹੋ ਚੁੱਕਾ ਹੈ ਤੇ ਮੈਂ ਮੰਨਦਾ ਮੈਂ ਮੰਨਦਾ ਨਹੀਂ ਮੈਨੂੰ ਪਤਾ ਹੀ ਹੈ ਕਿ ਵਾਇਰਸ ਹੈ ਤੇ ਜੇ ਮੈਂ ਫਾਰਮਿੰਗ ਪ੍ਰੋਟੈਸਟ ਦੀ ਥਿਉਰੀ ਦੀ ਗੱਲ ਕਰਾਂ ਕਿ ਇੰਨੀ ਪੀੜ ਸੀ ਉੱਥੇ ਕਿਉਂ ਨਹੀਂ ਲੋਕਾਂ ਨੂੰ ਹੋਇਆ ਮੈਂ ਕਹਿ ਸਕਦਾ ਕਿਉਂਕਿ ਸ਼ੁਰੂ ਤੋਂ ਆਪਾਂ ਪੋਲੂਸ਼ਨ ਦੇ ਵਿੱਚ ਜੰਮੇ ਪਲੇ ਹਾਂ ਤੇ ਆਪਣਾ ਹੋ ਸਕਦਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਹੈ ਇਸ ਲਈ ਵਾਇਰਸ ਨੇ ਉਨ੍ਹਾਂ ਨੂੰ ਜ਼ਿਆਦਾ ਇਫੈਕਟ ਨਹੀਂ ਕੀਤਾ ਭਾਵੇਂ ਉਹਨਾਂ ਨੂੰ ਹੋਇਆ ਵੀ ਹੋਵੇ ਬਟ ਕਿਸੇ ਨੂੰ ਪਤਾ ਨਹੀਂ ਲੱਗਾ ਇੱਕ ਜਾਂ ਦੋ ਦਿਨ ਬਾਅਦ ਉਹ ਆਪਣੇ ਆਪ ਇਮਿਊਨ ਸਿਸਟਮ ਸਟਰੋਂਗ ਹੋਣ ਦੇ ਕਾਰਨ ਆਪਣੇ ਆਪ ਉਹ ਸਹੀ ਹੋ ਗਏ ਇਹ ਮੈਂ ਮੰਨਦਾ ਵਾਂ ਇਹਦੇ ਪਿੱਛੇ ਕੋਈ ਫੈਕਟ ਨਹੀਂ ਹੈ ਬਟ ਇਹ ਮੈਂ ਮੰਨਣਾ ਕਿ ਆਪਣਾ ਇਮਿਊਨ ਸਿਸਟਮ ਬੜਾ ਸਟਰੋਂਗ ਹੈ ਜਦੋਂ ਕੋਵਿਡ ਦੀ ਗੱਲ ਆਉਂਦੀ ਹੈ ਚਲੋ ਹੁਣ ਇੱਕ ਸਾਲ ਬੀਤ ਗਿਆ ਹਜੇ ਵੀ ਆਪਾਂ ਵਾਇਰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਸ਼ੁਰੂ ਹੋਇਆ ਵਾਇਰਸ ਤੇ ਬੜੀ ਡਿਬੇਟ ਹੋਈ 3-4 ਮਹੀਨੇ ਤੇ ਆਪਾਂ ਇਹੀ ਗੱਲ ਕਰਦੇ ਰਹੇ ਕਿ ਮਾਸਕ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ ਫਿਰ ਜਦੋਂ ਲੋਕੀ ਹਸਪਤਾਲ ਪਹੁੰਚੇ ਫਿਰ ਡਿਬੇਟ ਚੱਲਦੀ ਰਹੀ ਕਿ ਵੈਂਟੀਲੇਟਰ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ ਤੇ ਮੈਂ ਮੰਨਦਾ ਕਿ ਹੁਣ ਵੀ ਜਦੋਂ ਕਿਸੇ ਨੂੰ ਕਰੋਨਾ ਹੁੰਦਾ ਹੈ ਵੈਂਟੀਲੇਟਰ ਨਹੀਂ ਲਵਾਉਣਾ ਚਾਹੀਦਾ ਕਿਉਂਕਿ ਇਮਿਊਨ ਸਿਸਟਮ ਤੁਹਾਡਾ ਸੈਕਰੀਫਾਈਜ਼ ਹੋ ਜਾਂਦਾ ਜਦੋਂ ਤੁਹਾਨੂੰ ਕਰੋਨਾ ਵਾਇਰਸ ਹੁੰਦਾ ਹੈ ਤੇ ਵੈਂਟੀਲੇਟਰ ਤੇ ਜਦੋਂ ਤੁਸੀਂ ਪੈਂਦੇ ਉਹ ਜਾਂ ਤਾਂ ਨੂੰ ਵੈਂਟੀਲੇਟਰ ਲੱਗ ਜਾਂਦਾ ਤੇ ਬਾਡੀ ਤੁਹਾਡੀ ਪਹਿਲੋਂ ਹੀ ਕੰਪਰੋਮਾਈਜ਼ ਹੋ ਚੁੱਕੀ ਹੈ ਵੈਂਟੀਲੇਟਰ ਦੇ ਨਾਲ ਬਾਡੀ ਰਿਲਾਇ ਹੋ ਜਾਂਦੀ ਹੈ ਵੈਂਟੀਲੇਟਰ ਉੱਤੇ ਤੇ ਬਾਡੀ ਮੈਂ ਮੰਨਦਾ ਕਿ ਕੰਮ ਕਰਨਾ ਬੰਦ ਕਰ ਦਿੰਦੀ ਹੈ ਤੇ ਕੁਝ ਲੋਕੀ ਇਹ ਵੀ ਮੰਨਦੇ ਨੇ ਕਿ ਵੈਂਟੀਲੇਟਰ ਫੇਫੜਿਆਂ ਵਾਸਤੇ ਬੜਾ ਮਾੜਾ ਹੈ ਇਹ ਫੇਫੜਿਆਂ ਨੂੰ ਐਕਸਪਲੋਡ ਕਰ ਸਕਦਾ ਹੈ ਇਹ ਥਿਊਰੀ ਮੈਂ ਸੁਣੀ ਹੈ ਤੇ ਮੈਂ ਸੋਚਿਆ ਮੈਂਸ਼ਨ ਕਰ ਦਵਾਂ ਤੇ ਜਦੋਂ ਸ਼ੁਰੂਆਤ ਹੋਈ ਤੇ ਸਿਰਫ 2 ਵੀਕ ਦਾ ਟਾਰਗੇਟ ਸੀ ਕਿ 2 ਵੀਕ ਆਪਾਂ ਆਈਸੋਲੇਸ਼ਨ ਕਰਨੀ ਹੈ ਉਸ ਤੋਂ ਬਾਅਦ ਸ਼ਾਇਦ ਸਹੀ ਹੋ ਜਾਏਗਾ ਬਟ 1 ਸਾਲ ਦੇ ਬਾਅਦ ਵੀ ਕੰਟਰੀਆਂ ਹਜੇ ਵੀ ਲਾਕਡਾਊਨ 'ਚ ਨਹੀਂ ਯੂਕੇ ਕਹ ਲਈਏ ਸਕਾਟਲੈਂਡ ਕਹ ਲਈਏ ਸਾਊਥ ਅਫਰੀਕਾ ਕਹ ਲਈਏ ਬਟ ਕਿਉਂ ਕੰਟਰੀਆਂ ਹਜੇ ਵੀ ਕਿਉਂ ਲਾਕਡਾਊਨ ਦੇ ਵਿੱਚ ਨਹੀਂ ਵਾਇਰਸ 1 ਸਾਲ ਤੋਂ ਮਿਊਟੇਟ ਹੋ ਰਿਹਾ ਹੈ ਇਹ ਵਾਰ-ਵਾਰ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਵਾਇਰਸ ਇਦਾਂ ਲੱਗ ਰਿਹਾ ਕਿ ਕਿਸੇ ਵੀਡੀਓ ਗੇਮ ਚੋਂ ਨਿਕਲੇ ਆਏ ਵਾਇਰਸ ਹੈ ਬੜਾ ਸਮਾਰਟ ਵਾਇਰਸ ਹੈ ਤੇ ਸੈਂਕੜਿਆਂ ਵਾਰ ਇਹ ਵਾਇਰਸ ਆਪਣੇ ਆਪ ਨੂੰ ਚੇਂਜ ਕਰ ਚੁੱਕਿਆ ਤੇ ਹੁਣ ਇੱਕ ਨਵੇਂ ਵੇਰੀਐਂਟ ਕਹਿ ਲਿਆ ਜਾਂ ਦੋ ਅਲੱਗ ਤਰ੍ਹਾਂ ਦੇ ਵੇਰੀਐਂਟ ਨਿਕਲੇ ਨੇ ਇੱਕ ਵੇਰੀਐਂਟ ਕਹਿ ਲਿਆ ਕਿ ਯੂਕੇ ਵਿੱਚੋਂ ਇੱਕ ਵਾਇਰਸ ਨਿਕਲ ਰਿਹਾ ਜੋ 50% ਹੋਰ ਘਾਤਕ ਹੈ ਪੁਰਾਣੇ ਜੋ ਪਹਿਲੇ origignal ਕੋਰੋਨਾ ਵਾਇਰਸ ਨਾਲੋ ਤੇ ਇੱਕ ਵੇਰੀਐਂਟ ਹੈ ਸਾਊਥ ਅਫਰੀਕਾ ਦਾ ਉਹ ਵੀ ਬੜਾ ਕਹਿ ਰਹੇ ਨੇ ਕਿ ਬੜਾ ਘਾਤਕ ਹੈ ਤੇ ਇਕਨੋਮੀ ਬੜੀ ਡਾਊਨ ਹੈ ਸਾਰੇ ਕੰਟਰੀਆਂ ਹਜੇ ਵੀ ਛੱਟ ਨੇ ਹੁਣ ਨਿਊਜ਼ੀਲੈਂਡ ਨੇ ਫੇਰ ਆਪਣੇ ਬਾਰਡਰ ਫਿਰ ਤੋਂ ਛੱਟ ਕੀਤੇ ਤੇ ਹਰੇਕ ਗਵਰਨਮੈਂਟ ਚਾਹੁੰਦੀ ਹੈ ਕਿ ਇਕਨੋਮੀ ਵਾਪਸ ਚੱਲੇ ਬਾਰਡਰਾਂ ਨੂੰ ਖੋਲਿਆ ਜਾਵੇ ਤੇ ਟ੍ਰੈਵਲ ਵਾਪਸ ਸ਼ੁਰੂ ਹੋਵੇ ਇਕਨੋਮੀ ਜਿੱਦਾਂ ਸੀ ਪਹਿਲਾਂ 9 ਵਰ 9 ਦੁਬਾਰਾ ਹੋਵੇ ਤੇ ਇਸ ਲਈ ਕਾਈਂਡ ਆਫ ਅ ਗੁੱਡ ਨਿਊਜ਼ ਵਧੀਆ ਨਿਊਜ਼ ਹੈ ਕਿ 5 ਤੋਂ 6 ਵੈਕਸੀਨਸ ਕਰੋਨਾ ਦੀਆਂ ਬਾਰ ਨਿਕਲ ਚੁੱਕੀਆਂ ਨੇ ਤੇ 60 ਤੋਂ ਜ਼ਿਆਦਾ ਜਿਹੜੀਆਂ ਵੈਕਸੀਨਸ ਨੇ ਉਹ ਟ੍ਰਾਇਲ ਤੇ ਨੇ ਤੇ ਨੰਬਰ 1 ਇਸ ਟਾਈਮ ਵੈਕਸੀਨ ਕਹਿ ਰਹੇ ਨੇ ਫਾਈਜ਼ਰ ਨਾਮ ਦੀ ਜਦੀ ਇਫੈਕਟਿਵਨੈਸ ਜਿਹਨੂੰ ਕਹਿ ਲਈਏ ਕਿ 95% ਉਹ ਵੈਕਸੀਨ ਕੰਮ ਕਰ ਰਹੀ ਹੈ ਇੱਥੇ ਮੈਂ ਮੈਂਸ਼ਨ ਕਰ ਦਵਾਂ ਕਿ ਵੈਕਸੀਨਸ ਕੰਮ ਕਿੱਦਾਂ ਕਰਦੀਆਂ ਨੇ ਜਦੋਂ ਆਪਾਂ ਨੂੰ ਆ ਟੀਕਾ ਲੱਗਦਾ ਹੈ ਜਾਂ ਵੈਕਸੀਨ ਲੱਗਦੀ ਹੈ ਉਹਦੇ ਵਿੱਚ ਆ ਜਿਹੜੇ ਵਾਇਰਸ ਨੂੰ ਲੜਨ ਵਾਸਤੇ ਉਹ ਵੈਕਸੀਨ ਲੱਗ ਰਹੀ ਏ ਉਹ ਵਾਇਰਸ ਦੇ ਕੁਝ ਕਣ ਹੁੰਦੇ ਨੇ ਜਾਂ ਕਹਿ ਲਈਏ ਕਿ ਡੈੱਡ ਬੈਕਟੀਰੀਆ ਹੁੰਦਾ ਬੜਾ ਵੀਕ ਆ ਵਾਇਰਸ ਨੂੰ ਕਰਕੇ ਉਹ ਵੈਕਸੀਨ ਦੇ ਵਿੱਚ ਪਾਇਆ ਜਾਂਦਾ ਤੇ ਜਦੋਂ ਉਹ ਬੈਕਟੀਰੀਆ ਆਪਣੇ ਅੰਦਰ ਜਾਂਦਾ ਤੇ ਉਹ ਇਮਿਊਨ ਸਿਸਟਮ ਨੂੰ ਟ੍ਰਿਗਰ ਕਰਦਾ ਕਿ ਇਮਿਊਨ ਸਿਸਟਮ ਨੂੰ ਉਹ ਦੱਸਦਾ ਹੈ ਕਿ ਵਾਇਰਸ ਬਾਡੀ ਦੇ ਅੰਦਰ ਪਹੁੰਚ ਚੁੱਕਿਆ ਹੈ ਓਨ ਇਹਨੂੰ ਲੜਨ ਵਾਸਤੇ ਪ੍ਰੋਟੀਨ ਬਣਾਈ ਜਾਵੇ ਇਸ ਤਰ੍ਹਾਂ ਭਾਵੇਂ ਮੈਨੂੰ ਬੁੱਚਰ ਕਰ ਰਿਹਾ ਹੁਣ ਮੈਂ ਪ੍ਰੋਪਰਲੀ ਐਕਸਪਲੇਨ ਨਹੀਂ ਕਰ ਪਾਰਿਆ ਬਟ ਥਿਊਰੀ ਜੋ ਹੈ ਇਹ ਹੀ ਹੈ ਕਿ ਵਾਇਰਸ ਦੇ ਕੁਝ ਕਣ ਸਰੀਰ ਚ ਪਾਏ ਜਾਂਦੇ ਨੇ ਵੈਕਸੀਨ ਦੇ ਥਰੂ ਤੇ ਇਮਿਊਨ ਸਿਸਟਮ ਨੂੰ ਦੱਸਿਆ ਜਾਂਦਾ ਹੈ ਕਿ ਇਹਨੂੰ ਲੜਨ ਵਾਸਤੇ ਪ੍ਰੋਟੀਨ ਬਣਾਈ ਜਾਵੇ ਹੁਣ ਇੰਡੀਆ ਦੇ ਵਿੱਚ ਦੋ ਵੈਕਸੀਨਸ ਆ ਲਾਂਚ ਹੋਈਆਂ ਨੇ ਕੋਵੀ ਸ਼ੀਲਡ ਤੇ ਕੋ ਵੈਕਸੀਨ ਜੋ ਕੋਵੀ ਸ਼ੀਲਡ ਹੈ ਉਹ ਬਣੀ ਹੋਈ ਹੈ ਆਕਸਵਰਡ ਯੂਨੀਵਰਸਿਟੀ ਤੇ ਐਕਸਟਰਾਜ਼ੈਨਿਕਾ ਨਾਮ ਦੀ ਆ ਕੰਪਨੀ ਵੱਲੋਂ ਤੇ ਜੋ ਕੋ ਵੈਕਸੀਨ ਹੈ ਉਹ ਇੰਡੀਆ ਦੀ ਕੰਪਨੀ ਬਾਇਓਟੈਕ ਵੱਲੋਂ ਬਣਾਈ ਗਈ ਕੋਵੀ ਸ਼ੀਲਡ 70% ਇਫੈਕਟਿਵ ਹੈ 70% ਇਹ ਕੰਮ ਕਰਦੀ ਹੈ ਤੇ ਲਗਭਗ 40000 ਲੋਕਾਂ ਦੇ ਉੱਤੇ ਟਰਾਇਲ ਹੋਏ ਇਹ ਵੈਕਸੀਨ ਦੇ ਤੇ ਫਿਰ ਗਵਰਨਮੈਂਟ ਆਫ ਇੰਡੀਆ ਨੇ ਇਹ ਅਪਰੂਵ ਕੀਤੀ ਤੇ ਕੋਵੈਕਸਿਨ ਜਿਹਦੇ ਉੱਤੇ ਰੈੱਡ ਫਲੈਗ ਆ ਹੋਇਆ ਕਿ ਕੋਵੈਕਸਿਨ ਦਾ ਜੋ 3rd ਫੇਜ਼ ਟਰਾਇਲ ਸੀ ਉਹ ਨਹੀਂ ਹੋਇਆ ਟਰਾਇਲ ਤੋਂ ਬਿਨਾ ਹੀ ਇਹ ਲਾਂਚ ਕੀਤੀ ਗਈ ਤੇ ਇੱਥੇ ਕੰਫਲਿਕਟ ਆਫ ਇੰਟਰਸਟ ਲੱਗ ਰਿਹਾ ਹੈ ਕਿ ਕੋਵੈਕਸਿਨ ਇੰਡੀਆ ਦੀ ਬਣੀ ਹੋਈ ਹੈ ਤੇ ਸ਼ਾਇਦ ਇਹਦੇ ਵਿੱਚ ਕੋਈ ਕਰਪਸ਼ਨ ਹੈ ਕਿ ਇਹਨੂੰ ਫੇਜ਼ 3 ਟਰਾਇਲ ਬਿਨਾ ਹੀ ਲਾਂਚ ਕੀਤਾ ਗਿਆ ਹਰੇਕ ਵੈਕਸਿਨ ਨੂੰ ਅਪਰੂਵ ਕਰਨ ਵਾਸਤੇ ਤੇ ਨੋ ਫੇਜ਼ ਹੁੰਦੇ ਨੇ ਉਹ ਮੈਂ ਥੋੜਾ ਜਿਹਾ ਬਰੀਫ ਚ ਸਮਝਾ ਦਵਾ ਕਿਦਾਂ ਫੇਜ਼ 1 ਜਾਂ ਸਟੈਪ 1 ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਕਿ ਕਿੰਨੀ ਵੈਕਸੀਨ ਦਿੱਤੀ ਜਾਵੇ ਕਿਸੇ ਵੀ ਵੋਲੰਟੀਅਰ ਨੂੰ ਤੇ ਉਹ ਵੈਕਸੀਨ ਕਿਦਾਂ ਦਿੱਤੀ ਜਾਵੇ ਟੀਕਾ ਲਾ ਕੇ ਦਿੱਤੀ ਜਾਵੇ ਜਾਂ ਗੋਲੀਆਂ ਦੇ ਰੂਪ ਚ ਦਿੱਤੀ ਜਾਵੇ ਜਾਂ ਕਰੀਮ ਜਿੱਦਾਂ ਆਪਾਂ ਆਇਓਡੈਕਸ ਲਾਉਨੇ ਆ ਜਾਂ ਵੋਲੈਨੀ ਲਾਉਨੇ ਆ ਕਿ ਕਰੀਮ ਦੇ ਰੂਪ ਚ ਦਿੱਤੀ ਜਾਵੇ ਤੇ ਪਹਿਲੇ ਫੇਸ ਚ 20 ਜਾਂ 100 ਜਾਣਿਆਂ ਦੇ ਉੱਤੇ ਇਹ ਟ੍ਰਾਇਲ ਹੁੰਦਾ ਉਹ ਸਾਰੇ ਜਾਣੇ ਹੈਲਦੀ ਹੋਣੇ ਚਾਹੀਦੇ ਨੇ ਕਿਸੇ ਨੂੰ ਵੀ ਕੋਈ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਉਹ ਟ੍ਰਾਇਲ ਉਹਨਾਂ ਜਾਣਿਆਂ ਉੱਤੇ ਹੁੰਦਾ ਤੇ ਆਬਜੈਕਟਿਵ ਜੋ ਟੀਚਾ ਹੁੰਦਾ ਫੇਜ਼ 1 ਦਾ ਜਾਂ ਸਟੈਪ 1 ਦਾ ਦੇਖਣਾ ਕਿ ਕੋਈ ਵੈਕਸੀਨ ਦੇ ਵਿੱਚ ਸਾਈਡ ਇਫੈਕਟ ਨਹੀਂ ਤੇ ਕਿੰਨਾ ਬੰਦਾ ਵੈਕਸੀਨ ਨੂੰ ਟੋਲਰੇਟ ਕਰ ਸਕਦਾ ਇਹ ਹੁੰਦਾ ਫੇਜ਼ 1 ਤੇ ਫੇਜ਼ 2 ਲਗਭਗ ਫੇਜ਼ 1 ਦੀ ਤਰ੍ਹਾਂ ਹੀ ਹੁੰਦਾ ਬਟ ਇਹਦਾ ਜੋ ਗਰੁੱਪ ਹੁੰਦਾ ਰੇਡੀਅਸ ਹੁੰਦਾ ਉਹ ਵੱਧ ਜਾਂਦਾ 200 ਤੋਂ 100 ਜੋ ਫੇਜ਼ 1 ਤੇ ਵੌਲੰਟੀਅਰ ਸੀ ਉਹ ਹੁਣ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ 300 ਜਾਂ 400 ਲੋਕਾਂ ਦੇ ਉੱਤੇ ਇਹ ਐਕਸਪੈਰੀਮੈਂਟ ਹੁੰਦਾ ਹੈ ਟ੍ਰਾਇਲ ਹੁੰਦਾ ਹੈ ਤੇ ਇਹਦੇ ਵਿੱਚ ਜੋ ਵੌਲੰਟੀਅਰ ਹੁੰਦੇ ਨੇ ਉਹਨਾਂ ਦੀ ਕੋਈ ਨਾ ਕੋਈ ਕੰਡੀਸ਼ਨ ਹੁੰਦੀ ਹੈ ਹੈਲਥ ਕੰਡੀਸ਼ਨ ਹੁੰਦੀ ਹੈ ਤੇ ਉਹਨਾਂ ਦਾ ਐਕਸਪੈਰੀਮੈਂਟ ਹੁੰਦਾ ਤੇ ਇਹਦੀ ਲੈਂਥ ਲਗਭਗ 2 ਸਾਲ ਕੁਝ ਮਹੀਨੇ ਤੋਂ ਲੈ ਕੇ 2 ਸਾਲ ਤੱਕ ਹੁੰਦੀ ਹੈ ਤੇ ਫੇਜ਼ 3 ਦੇ ਵਿੱਚ ਲਗਭਗ 300 ਤੋਂ ਲੈ ਕੇ 3000 ਲੋਕਾਂ ਦੇ ਉੱਤੇ ਇਹ ਟ੍ਰਾਇਲ ਹੁੰਦਾ ਹੈ ਤੇ ਇਹਦੀ ਜੋ ਲੈਂਥ ਹੈ ਲਗਭਗ 2 ਤੋਂ 4 ਸਾਲ ਤੱਕ ਰਹਿੰਦੀ ਹੈ ਤੇ ਇਹਦਾ ਜੋ ਟੀਚਾ ਹੁੰਦਾ ਫੇਸ 3 ਦਾ ਉਹ ਦੇਖਣਾ ਹੁੰਦਾ ਹੈ ਕਿ ਦਵਾਈ ਦਾ ਕੋਈ ਲੌਂਗ ਟਰਮ ਇਫੈਕਟ ਲੋਕਾਂ ਤੇ ਪੈਂਦਾ ਹੈ ਕਿ ਨਹੀਂ ਜੇ ਕੋਈ ਦਵਾਈ ਲੈ ਰਿਹਾ ਹੈ ਤਿੰਨ ਜਾਂ 4 ਸਾਲ ਬਾਅਦ ਕੋਈ ਸਾਈਡ ਇਫੈਕਟ ਦਵਾਈ ਦਾ ਲੋਕਾਂ ਤੇ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਹੁੰਦੇ ਨੇ ਤਿੰਨ ਫੇਸ ਕਿਸੇ ਵੀ ਦਵਾਈ ਨੂੰ ਅਪਰੂਵ ਕਰਨ ਵਾਸਤੇ ਤੇ ਇੰਡੀਆ ਦੇ ਵਿੱਚ ਅ ਜਦੋਂ ਇਹ ਵੈਕਸੀਨਾਂ ਲਾਂਚ ਹੋਈਆਂ ਤੇ ਗੋਦੀ ਮੀਡੀਆ ਦਾ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਇਹ ਇੰਡੀਆ ਦੀ ਇੱਕ ਬਣੀ ਹੋਈ ਦਵਾਈ ਸੀ ਕੋਵੈਕਸਿਨ ਮੀਡੀਆ ਨੇ ਇਹਨੂੰ ਬੜੇ ਅ ਗਲਤ ਢੰਗ ਕਿ ਨਾ ਮੈਂ ਕਹਾਵਾਂਗਾ ਇਹਨੂੰ ਪ੍ਰਮੋਟ ਕੀਤਾ ਕਿਉਂਕਿ ਇਹ ਫੇਜ਼ 3 ਤੋਂ ਟ్రਾਇਲ ਤੋਂ ਬਿਨਾ ਜੋ ਕੋਵੈਕਸਿਨ ਸੀ ਲਾਂਚ ਹੋਈ ਮੀਡੀਆ ਨੇ ਇਹਦੇ ਉੱਤੇ ਨਾ ਤੇ ਕੁਐਸਚਨ ਕੀਤਾ ਕਿਉਂਕਿ ਮੀਡੀਆ ਦਾ ਕੰਮ ਇਹੀ ਇੱਕ ਕੁਐਸਚਨ ਕਰਨਾ ਹਰੇਕ ਚੀਜ਼ ਨੂੰ ਕ੍ਰਿਟੀਕ ਕਰਨਾ ਪਰ ਗੋਦੀ মিডিਆ ਨੇ ਕਿਉਂਕਿ ਇੰਡੀਆ ਚ ਬਣੀ ਸੀ ਇਹਨੂੰ ਜੋ ਪ੍ਰਮੋਟ ਕੀਤਾ ਕਿ ਇਹ ਆਪਣੇ ਦੇਸ਼ ਦੀ ਬਣੀ ਹੋਈ ਵੈਕਸੀਨ ਹੈ ਇਹਨੂੰ ਲਓ ਭਾਵੇਂ ਇਹ ਕੰਮ ਕਰੇ ਜਾਂ ਨਾ ਕਰੇ ਇੱਤੇ ਪਰੋਸਾ ਕਰੋ ਤੇ ਬੜਾ ਮਹਿਮਾਨਾ ਕਿ ਸਟੂਪਿਡ ਐਕਸ਼ਨ ਸੀ ਤੇ ਹੈ ਵੀ ਕਿ ਇਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਤੇ ਬਿਨਾ ਫੇਜ਼ 3 ਦੇ ਟ੍ਰਾਇਲ ਤੋਂ ਬਿਨਾ ਹੀ ਇਨੂੰ ਲਾਂਚ ਕੀਤਾ ਜੋ ਬੜੀ ਜ਼ਿਆਦਾ ਵੱਡੀ ਬੇਵਕੂਫੀ ਸੀ ਭਾਵੇਂ ਇਹ ਇੰਡੀਆ ਚ ਬਣੀ ਹੈ ਭਾਵੇਂ ਬਾਹਰੋਂ ਬਣੀ ਹਰੇਕ ਵੈਕਸੀਨ ਦੇ ਉੱਤੇ ਕੁਐਸਚਨ ਹੋਣਾ ਚਾਹੀਦਾ ਹੁਣ ਕਨਕਲੂਜਨ ਕੀ ਹੈ ਇਹ ਐਪੀਸੋਡ ਦਾ ਜਾਂ ਵੈਕਸੀਨਸ ਦਾ ਮੈਂ ਦਵਾਈਆਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਮੈਂ ਮੰਨਦਾ ਕਿ ਜੋ ਆਪਣੀ ਲਾਈਫ ਅੱਜ ਬੈਟਰ ਹੋਈ ਹੈ ਉਹ ਵੈਕਸੀਨਸ ਇੱਕ ਫੈਕਟਰ ਹੈ ਆਪਣੀ ਲਾਈਫ ਨੂੰ ਬੈਟਰ ਕਰਨ ਦੇ ਵਿੱਚ ਬਟ ਸਾਰੀਆਂ ਜੋ ਵੈਕਸੀਨਸ ਨੇ ਉਹ ਪ੍ਰੋਪਰਲੀ ਡਵੈਲਪ ਹੋਈਆਂ ਜਿੱਦਾਂ ਮੈਂ ਤਿੰਨ ਫੇਜ਼ ਤੁਹਾਨੂੰ ਦੱਸੇ ਜਿ ਸਾਰਿਆਂ ਨੂੰ ਆਪਾਂ ਮਲਾਈਏ ਤੇ ਲਗਭਗ 6 ਤੋਂ 7 ਸਾਲ ਲੱਗਦੇ ਨੇ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ ਵੈਕਸੀਨ ਨੂੰ ਡਵੈਲਪ ਹੋਣ ਦੇ ਵਿੱਚ ਤੇ ਉਹ ਵੈਕਸੀਨਸ ਜਦੋਂ ਆਪਾਂ ਬਣਾਉਂਦੇ ਆ ਆਪਾਂ ਨੂੰ ਬਿਮਾਰੀ ਦਾ ਪੂਰਾ ਪਤਾ ਹੁੰਦਾ ਕਿ ਬਿਮਾਰੀ ਕਿੱਦਾਂ ਕੰਮ ਕਰਦੀ ਹੈ ਜਾਂ ਕਿੱਦਾਂ ਨਹੀਂ ਕੰਮ ਕਰਦੀ ਬਟ ਕੋਵਿਡ ਦੇ ਕੇਸ ਦੇ ਵਿੱਚ ਆਪਾਂ ਨੂੰ ਹਜੇ ਕੋਵਿਡ ਦਾ ਹੀ ਪਤਾ ਨਹੀਂ ਪ੍ਰੋਪਰਲੀ ਕਿ ਕੋਵਿਡ ਕਿੱਦਾਂ ਕੰਮ ਕਰਦਾ ਹੈ ਤੇ ਲੋਕਾਂ ਨੂੰ ਕਿੱਦਾਂ ਅਲੱਗ-ਅਲੱਗ ਤਰ੍ਹਾਂ ਨਾਲ ਇਹ ਫੜਦਾ ਹੈ ਤੇ ਜੋ ਦਵਾਈਆਂ ਬਾਹਰ ਆਈਆਂ ਵੀ ਨੇ ਕੋਈ ਵੀ ਦਵਾਈ ਹਜੇ ਤੱਕ 100% ਕੰਮ ਨਹੀਂ ਕਰਦੀ ਤੇ ਲੋਕੀ ਡਰਦੇ ਵੀ ਨੇ ਕਿ ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਦਵਾਈਆਂ ਨੂੰ ਬਣਨ ਦੇ ਵਿੱਚ ਸਾਲੋ ਸਾਲ ਲੱਗ ਸਕਦੇ ਨੇ ਕਾਫੀ ਸਾਲ ਲੱਗ ਸਕਦੇ ਨੇ ਪਰ ਦਵਾਈ ਇਹ ਜਿਹੜੀ ਕੋਵਿਡ ਦੀ ਆਈ ਹੈ ਇਸ ਸਾਲ ਦੇ ਅੰਦਰ-ਅੰਦਰ ਨਿਕਲੀ ਇਤੇ ਕਿੰਨਾ ਰਿਸਰਚ ਹੋਇਆ ਹੋਏਗਾ ਕਿੰਨਾ ਟਾਈਮ ਟ్రਾਇਲ ਦੇ ਵਿੱਚ ਲੱਗਿਆ ਹੋਏਗਾ ਸਾਲ ਦੇ ਅੰਦਰ ਅੰਦਰ ਵੈਕਸੀਨ ਦਾ ਆਉਣਾ ਇਹ ਪੋਸੀਬਲ ਨਹੀਂ ਤੇ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਸਾਈਡ ਇਫੈਕਟਸ ਦੇ ਉੱਤੇ ਕਿਉਂਕਿ ਜਦੋਂ ਲੌਂਗ ਟਰਮ ਆਪਾਂ ਟ్రਾਇਲ ਕਰਦੇ ਹਾਂ ਕਿਸੇ ਵੀ ਵੈਕਸੀਨ ਦੇ ਉੱਤੇ ਤੇ ਸਾਈਡ ਇਫੈਕਟ ਕਿਤੋਂ ਨਿਕਤੋਂ ਨਿਕਲਦੇ ਨੇ ਆਪਣੇ ਕੋ ਕੋਈ ਡੇਟਾ ਹੁੰਦਾ ਬਟ ਇਹ ਵੈਕਸੀਨ ਦੇ ਕޭਸ ਦੇ ਵਿੱਚ ਆਪਣੇ ਕੋ ਕੋਈ ਡਾਟਾ ਨਹੀਂ ਆਪਾਂ ਸਿਰਫ ਦਵਾਈਆਂ ਨੂੰ ਵੰਡ ਰਹੇ ਆ ਖਾਸ ਕਰਕੇ ਇੰਡੀਆ ਦੇ ਵਿੱਚ ਦੇਸ਼ ਦੇ ਨਾਮ ਦੇ ਉੱਤੇ ਬੜਾ ਸਟੂਪਿਡ ਹੈ ਤੇ ਅਮਰੀਕਾ 'ਚ ਵੀ ਜੋ ਦਵਾਈਆਂ ਲਾਂਚ ਹੋਈਆਂ ਉਹਨਾਂ ਦਾ ਇੱਕ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਹੈ ਉਹਨਾਂ ਦੀ ਜੋ ਦਵਾਈ ਲਾਂਚ ਹੋਈ ਉਹਨਾਂ ਨੇ 21 ਸਾਈਡ ਇਫੈਕਟ ਦੱਸੇ ਕਿ ਬੜੇ ਸੀਰੀਅਸ ਅਲਰਜਿਕ ਰਿਐਕਸ਼ਨ ਹੋਏ ਲੋਕਾਂ ਨੂੰ 21 ਚਲੋ ਬਹੁਤ ਜ਼ਿਆਦਾ ਘੱਟ ਨੇ ਪਰ ਫਿਰ ਵੀ ਇਹ ਕੇਸ ਨੇ ਮਤਲਬ ਇਹ ਦੱਸ ਰਿਹਾ ਕਿ ਤਨਾ ਕਿਤੇ ਕਿ ਦਵਾਈਆਂ ਦੇ ਸਾਈਡ ਇਫੈਕਟ ਹੋ ਸਕਦੇ ਨੇ ਤੇ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਮੈਂ ਆ ਪ੍ਰੋਬਲਮ ਮੰਨਦਾ ਦਵਾਈਆਂ ਦੇ ਵਿੱਚ ਇਹ ਜੋ ਦਵਾਈਆਂ ਬਣੀਆਂ ਨੇ ਕੋਵਿਡ ਦੇ ਜੋ ਪੁਰਾਣਾ ਵੇਰੀਐਂਟ ਜੋ origignal ਕੋਵਿਡ ਸੀਗਾ ਉਹਤੇ ਬਣੀਆਂ ਨੇ ਤੇ ਪਰ ਜੋ ਕੋਵਿਡ ਜਿੱਦਾਂ ਮੈਂ ਕਿਹਾ ਕਿ ਬੜਾ ਸਮਾਰਟ ਵਾਇਰਸ ਹੈ ਇਮਿਊਟੇਟ ਹੋ ਰਿਹਾ ਹੈ ਇਹ ਵਾਰ-ਵਾਰ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਹੁਣ ਆਪਾਂ ਜਦੋਂ ਵੈਕਸੀਨਸ ਲਵਾਂਗੇ ਕੋਵਿਡ ਆਪਣੀ ਵेशभूषा ਜਿੰਨੂੰ ਮੈਂ ਕਹਾਂ ਉਹ ਆਪਣੀ ਚੇਂਜ ਕਰ ਲਏਗਾ ਆਪਣਾ ਜੋ ਸਟਰਕਚਰ ਹੈ ਉਹਨੂੰ ਚੇਂਜ ਕਰੇਗਾ ਤੇ ਸ਼ਾਇਦ ਪੁਰਾਣੇ ਕੋਵਿਡ ਵਾਸਤੇ ਇਹ ਦਵਾਈਆਂ ਵਧੀਆ ਰਹਿਣੀਆਂ ਪਰ ਨਵੇਂ ਕੋਵਿਡ ਵਾਸਤੇ ਜੋ ਯੂਕੇ ਦਾ ਵੇਰੀਐਂਟ ਹੈ ਜਾਂ ਸਾਊਥ ਅਫਰੀਕਾ ਦਾ ਵੇਰੀਐਂਟ ਹੈ ਉਹਤੇ ਕਿੰਨਾ ਇਹ ਕੰਮ ਕਰੇਗਾ ਆਪਾਂ ਨੂੰ ਨਹੀਂ ਪਤਾ ਤੇ ਜੇ ਮੈਨੂੰ ਹੁਣ ਆਪਸ਼ਨ ਮਿਲਦਾ ਦਵਾਈ ਲੈਣ ਦਾ ਤੇ ਮੈਂ ਇਸ ਟਾਈਮ ਤੇ ਦਵਾਈ ਨਹੀਂ ਲੈਂਦਾ ਕੋਈ ਵੀ ਦਵਾਈ 100% ਨਹੀਂ ਹੈ ਤੇ ਹਜੇ ਵੀ ਐਕਸਪੈਰੀਮੈਂਟ ਚੱਲ ਰਿਹਾ ਦਵਾਈ ਦੇ ਉੱਤੇ ਤੇ ਜੇ ਮੈਂ ਕੋਵਿਡ 19 ਦਾ ਵੀ ਮੈਂ ਡਾਟਾ ਫੜਾਂ ਤੇ ਬਿਮਾਰੀ ਇੰਨੀ ਜ਼ਿਆਦਾ ਘਾਤਕ ਨਹੀਂ ਹੈ ਹੁਣ ਤੱਕ ਜੇ ਮੈਂ ਡਾਟਾ ਦੇ ਉੱਤੇ ਗੱਲ ਕਰਾਂ 97 ਤੋਂ ਲੈ ਕੇ 99% ਤੁਹਾਡੇ ਚਾਂਸਸ ਨਹੀਂ ਜੇ ਤੁਹਾਨੂੰ ਕੋਵਿਡ ਹੈ ਕਿ ਤੁਸੀਂ ਇਹ ਤੋਂ ਬਾਹਰ ਆ ਜਾਓਗੇ ਬਟ 1% ਚਾਂਸ ਨੇ ਕਿ ਇਹ ਤੁਹਾਨੂੰ ਫੜੇਗਾ ਜੇ ਤੁਹਾਡਾ ਇਮਿਊਨ ਸਿਸਟਮ ਬੜਾ ਵੀਕ ਹੈ ਬਟ ਇਹਦਾ ਮਤਲਬ ਇਹ ਨਹੀਂ ਕਿ ਜੇ ਇੰਨਾ ਘਾਤਕ ਨਹੀਂ ਤੇ ਪ੍ਰੀਕਾਸ਼ਨਸ ਆਪਾਂ ਨਹੀਂ ਵਰਤਾਂਗੇ ਜੇ ਮੈਂ ਦਵਾਈ ਨਹੀਂ ਲਵਾਂਗਾ ਤੇ ਮੈਂ ਫਿਰ ਵੀ ਪ੍ਰੀਕਾਸ਼ਨਸ ਚੰਗੀ ਤਰ੍ਹਾਂ ਵਰਤਾਂਗਾ ਮਾਸਕਸ ਪਾਵਾਂਗਾ ਜਾਂ ਹਾਈਜੀਨ ਜਾਂ ਸੈਨੀਟਾਈਜ਼ ਕਰਾਂਗਾ ਆਪਣੇ ਹੱਥਾਂ ਨੂੰ ਕਿਉਂਕਿ ਜੇ ਤੁਸੀਂ ਕੈਰੀ ਵੀ ਕਰ ਰਹੇ ਹੋ ਕੋਵਿਡ ਨੂੰ ਤੁਸੀਂ ਕਿਸੇ ਆ ਵੀਕ ਇਮਿਊਨ ਸਿਸਟਮ ਵਾਲੇ ਨੂੰ ਆ ਕੋਵਿਡ ਦੇ ਸਕਦੇ ਹੋ ਕਿਉਂਕਿ ਬੜੀ ਕੰਟੇਜੀਅਸ ਬਿਮਾਰੀ ਹੈ ਜੇ ਤੁਸੀਂ ਹਾਈਜਨ ਨਹੀਂ ਵਰਤੋਗੇ ਜਾਂ ਮਾਸਕ ਨਹੀਂ ਪਾਓਗੇ ਤੇ ਮੈਂ ਦਵਾਈ ਤੋਂ ਜ਼ਿਆਦਾ ਆਪਣੀ ਹੈਲਥ ਤੇ ਫੋਕਸ ਕਰਾਂਗਾ ਐਕਸਰਸਾਈਜ਼ ਮੈਂ ਜ਼ਿਆਦਾ ਕਰਾਂਗਾ ਆਪਣੇ ਖਾਣੇ ਨੂੰ ਪ੍ਰੋਪਰਲੀ ਖਾਵਾਂਗਾ ਜਾਂ ਹੈਲਦੀ ਚੁਆਇਸਸ ਲਾਵਾਂਗਾ ਆਪਣੇ ਖਾਣੇ ਦੇ ਵਿੱਚ ਤੇ ਮੈਂ ਮੰਨਦਾ ਕਿ ਇਸ ਟਾਈਮ ਆਪਾਂ ਨੂੰ ਆਪਣੀ ਹੈਲਥ ਜਾਂ ਆਪਣੀ ਐਕਸਰਸਾਈਜ਼ ਯਾ ਆਪਣੇ ਖਾਣੇ ਦੇ ਉੱਤੇ ਪ੍ਰੋਪਰ ਖਾਣੇ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਤੇ ਦਵਾਈ ਮੈਂ ਉਦੋਂ ਹੀ ਲਵਾਂਗਾ ਜਦੋਂ ਮੇ ਕੋਈ ਆਪਸ਼ਨ ਨਾ ਬਚੇ ਜਾਂ ਕੋਈ ਵੀ ਜੋ ਬੰਦਾ ਕੰਪਰੋਮਾਈਜ਼ ਹੋ ਚੁੱਕਾ ਹੈ ਦਵਾਈ ਉਹਨੂੰ ਹੀ ਲੈਣੀ ਚਾਹੀਦੀ ਐ ਸਟੇਜ ਤੇ ਇਹ ਮੈਂ ਮੰਨਦਾ ਮੇਰਾ ਪਰਸਨਲ ਓਪੀਨੀਅਨ ਹੈ ਮੈਂ ਜ਼ਿਆਦਾ ਫੋਕਸ ਹੈਲਥ ਤੇ ਕਰਾਂਗਾ ਨਾ ਕਿ ਦਵਾਈ ਤੇ ਤੇ ਮੈਂ ਵੇਟ ਕਰਾਂਗਾ ਜਿੰਨਾ ਚਿਰ ਤੇ ਪੂਰੀ ਰਿਸਰਚ ਨਹੀਂ ਹੋ ਜਾਂਦੀ ਜਾਂ ਪੂਰੀ ਦਵਾਈ ਡਵੈਲਪ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਦਵਾਈ ਲੈਣ ਦੇ ਵਿੱਚ ਵੇਟ ਕਰਾਂਗਾ ਤੇ ਇਹ ਸੀ ਅੱਜ ਦਾ ਐਪੀਸੋਡ ਹੋਪ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਚੈਨਲ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰਨਾ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਾਂਗੇ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ 'ਚ ਮੈਂ ਤੁਹਾਡਾ ਆਪਣਾ ਕਾਕਾ ਬੱਲੇ ਨਾਮ ਮੇਰਾ ਗਿੰਦੀਪ ਸਿੰਘ ਸასიਆ ਕਾ